ਮਾਂ ਬਾਪ ਬੜੀਆਂ ਉਮੀਦਾਂ ਲਗਾ ਕੇ ਬੱਚਿਆਂ ਨੂੰ ਵਿਦੇਸ਼ ਵਿੱਚ ਕੰਮ ਕਰਨ ਵਾਸਤੇ ਭੇਜਦੇ ਹਨ ਅਤੇ ਆਪਣਾ ਪੇਟ ਕੱਟ ਕੱਟ ਕੇ ਪੈਸੇ ਏਜੰਟਾਂ ਨੂੰ ਦਿੰਦੇ ਹਨ। ਜੇਕਰ ਉਸੇ ਪੁੱਤ ਦੀ ਵਿਦੇਸ਼ ਵਿੱਚ ਕਿਸੇ ਵੱਲੋਂ ਹੱਤਿਆ ਕਰ ਦਿੱਤੀ ਜਾਵੇ ਤਾਂ ਉਸ ਪਰਿਵਾਰ ਉੱਤੇ ਕੀ ਬੀਤਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਜੌਲ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਗਰੀਬ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਆਪਣਾ ਪੇਟ ਕੱਟ ਕੱਟ ਕੇ ਆਪਣੇ ਬੇਟੇ ਸੁਖਚੈਨ ਸਿੰਘ ਨੂੰ ਮਨੀਲਾ ਭੇਜਿਆ, ਜੋ ਕਿ ਹੁਣ ਆਪਣੇ ਪੈਰਾਂ 'ਤੇ ਖੜ੍ਹਾ ਹੋਇਆ ਹੀ ਸੀ ਕਿ ਕਿਸੇ ਹਤਿਆਰੇ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਸਾਡੇ ਕੋਲ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਵਾਸਤੇ ਪੈਸੇ ਵੀ ਨਹੀਂ ਹਨ ਅਤੇ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਂਦਾ ਜਾਵੇ, ਜਿਸ ਨਾਲ ਅਸੀਂ ਆਪਣੇ ਪੁੱਤਰ ਦੀ ਆਖਰੀ ਵਾਰ ਸ਼ਕਲ ਦੇਖ ਸਕੀਏ ਅਤੇ ਉਸ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਸਕੀਏ। ਪੁੱਤ ਨੂੰ ਇੱਕ ਵਾਰ ਇੱਥੇ ਲਿਆਂਦਾ ਜਾਵੇ, ਜੇ ਜਾਂ ਮਰਜ਼ੀ ਮੇਰਾ ਪੁੱਤ ਇੱਕ ਵਾਰ ਸਹਾਇਤਾ ਕਰ ਦਿਉ, ਮੇਰੇ ਪੁੱਤ ਨੂੰ ਘੱਲ ਦਿਉ, ਇੱਥੇ ਲਿਆਇਆ ਮੇਰੇ ਪੁੱਤ ਨੂੰ ਇੱਕ ਵਾਰ ਵਿਖਾ ਦਿਉ ਮੂੰਹ, 4-5 ਸਾਲ ਹੋ ਗਏ ਪੁੱਤ ਦਾ ਮੂੰਹ ਨਹੀਂ ਵੇਖਿਆ, ਹੁਣ ਜਾਂਦੀ ਵਾਰ ਦਾ ਹੀ ਵੇਖ ਲਵਾਂ ਪੁੱਤ ਦਾ ਮੂੰਹ, ਇੱਕ ਵਾਰ ਸਾਡੀ ਤੱਤ ਜੋੜ ਕੇ ਬੇਨਤੀ ਆ ਮੇਰਾ ਪੁੱਤ ਇੱਕ ਵਾਰ ਜੇ ਜਾਂ ਮਰਜ਼ੀ ਹੋ ਜਾਈ ਆ ਜਾਵੇ, ਉਹ ਜਿਹੀ ਸਹਾਇਤਾ ਕਰ ਦਿਓ ਸਾਡੀ। ਮੈਂ ਸੁਖਚੈਨ ਸਿੰਘ ਦਾ ਡੈਡੀ ਬੋਲਦਾ, ਗੁਰਜੰਟ ਸਿੰਘ। ਕੁਝ ਚਿਰ ਬਾਅਦ ਮਨੀਲਾ 'ਚ ਮੇਰਾ ਬੇਟਾ ਗਿਆ ਸੀਗਾ, ਉਸਨੂੰ 5 ਸਾਲ ਹੋ ਗਏ। ਕੱਲ੍ਹ ਉਹ 7 ਵਜੇ ਸ਼ਾਮੀ ਦਵਾਈ ਲੈ ਕੇ ਘਰ ਨੂੰ ਆਉਣ ਡਿਆ ਸੀ, ਉਸ ਨੂੰ ਗੋਲੀਆਂ ਮਾਰ ਕੇ ਉਸ ਦੀ ਮੌਤ ਕਰ ਦਿੱਤੀ। ਅਸੀਂ ਸਰਕਾਰ ਕੋਲ ਇਹ ਅਪੀਲ ਕਰਦੇ ਹਾਂ, ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਅਸੀਂ ਬਿਲਕੁਲ ਗਰੀਬ ਬੰਦੇ ਹਾਂ, ਅਸੀਂ ਕਰਜ਼ਾ ਚੁੱਕ ਕੇ ਆਪਦਾ ਬੇਟਾ ਸੁਖਚੈਨ ਸਿੰਘ ਨੂੰ ਮਨੀਲਾ ਵਿੱਚ ਕਰਿਆ ਸੀ। ਉਹ ਹੁਣ ਥੋੜ੍ਹਾ ਜਿਹਾ ਪੈਰਾਂ ਸਿਰ ਹੋਇਆ ਸੀ, 4 ਦਿਨ ਹੋ ਗਏ। ਉਸ ਦਾ ਫੋਨ ਆਇਆ ਸੀ ਸਾਨੂੰ, ਕਹਿੰਦਾ ਡੈਡੀ ਜੀ, ਮੰਮੀ ਜੀ, ਮੈਂ ਠੀਕ ਠਾਕ ਹਾਂ ਅਤੇ ਮੈਂ ਬਿਲਕੁਲ ਹੁਣ ਆਪਦਾ ਕਾਰੋਬਾਰ ਚਲਾਈ ਬੈਠਾ। ਹੁਣ ਅਸੀਂ ਸਰਕਾਰ ਕੋਲੋਂ ਇਹੀ ਮੰਗ ਕਰਦੇ ਹਾਂ, ਇਹੀ ਅਪੀਲ ਆ ਸਾਡੀ, ਅਸੀਂ ਉਸ ਦੀ ਡੈੱਡ ਬੋਡੀ ਇੱਥੇ ਸਾਡੇ ਕੋਲ ਪਹੁੰਚਦੀ ਹੋ ਜਾਵੇ। ਸਰਕਾਰ ਨੂੰ ਅਸੀਂ ਮਿਹਨਤ ਬੇਨਤੀ ਕਰਦੇ ਹਾਂ, ਪ੍ਰਦਰਸ਼ਨ ਨੂੰ ਵੀ ਬੇਨਤੀ ਕਰਦੇ ਹਾਂ। ਹਾਂਜੀ, ਮੇਰਾ ਭਰਾ ਸੁਖਚੈਨ ਸਿੰਘ ਬਰਾੜ 3-4 ਸਾਲ ਹੋ ਗਏ ਮਨੀਲਾ ਗਿਆ ਸੀ, ਅਤੇ ਕੱਲ੍ਹ 7-8 ਵਜੇ ਦੀ ਗੱਲ ਹੈ ਕਿ ਉਹਦੇ ਗੋਲੀ ਮਾਰ ਦਿੱਤੀ ਹੈ, ਅਤੇ 3 ਛਾਤੀ ਦੀ ਵੱਜੀਆਂ, 1 ਮੁੰਡੀ ਦੀ ਵੱਜੀ, ਅਤੇ ਰਾਤ ਨੂੰ 11-12 ਵਜੇ ਉਹਦੇ ਨਾਲ ਦੇ ਮੁੰਡੇ ਦਾ ਫੋਨ ਆਇਆ, ਕਹਿੰਦਾ ਆਹ ਗੱਲ ਹੋ ਗਈ, ਅਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਸਾਡੀ ਕੀਤੀ ਜਾਵੇ ਮਦਦ। ਕਿਵੇਂ ਪਤਾ ਲੱਗਾ ਤੁਹਾਨੂੰ? ਸਾਨੂੰ ਉਹਦੇ ਨਾਲ ਦੇ ਮੁੰਡੇ ਦਾ 11-12 ਵਜੇ ਦੇ ਕਰੀਬ ਫੋਨ ਆਇਆ, ਕਹਿੰਦਾ ਆਹ ਗੱਲ ਹੋ ਗਈ ਆ, ਅਤੇ ਅੱਜ ਵੀ ਇਹ ਫੋਨ ਆਇਆ, ਅੱਜ ਵੀ ਉਹ ਕਹਿੰਦੇ ਮਾੜਾ ਲਿਆਉਂਦਾ ਪਿਆ ਹੈ, ਜਾਂ ਫਿਰ ਦੱਸਦੇ ਨਹੀਂ ਪਏ, ਅਤੇ ਸਰਕਾਰ ਨੂੰ ਇਹ ਅਪੀਲ ਕਰ ਸਕਦੇ ਹਾਂ। ਜੇ ਅਸੀਂ ਲੋਕੀ ਨੂੰ ਪੁੱਛਦੇ ਉਹਦੇ 5-7 ਲੱਖ ਲੱਗਣਾ, ਅਤੇ ਅਸੀਂ ਲਾਸ਼ ਮੰਗਾਂਗੇ।